रायगढ़ विखे पुलिस के जनतक शिकायत निवारण कैंप दौरान दो भरावां दा इतिहासिक फैसला झगड़े वाली जमीन गुरु घर नूं दान देण दा कीता ऐलान। शिकायत निवारण कैंप दौरान पुलिस अधिकारियों ते मोहतवरां दी मौजूदगी च आपसी सहमति नाल ही फैसला लिया गया। अधिक साल तो चल रहा दो भरावां दा झगड़ा पिंड दे मोहतवरां अते पुलिस अधिकारियों वल्लों सुलझाया गया। तुसीं वी देखो रायगढ़ तो जी एस चंदर दी रिपोर्ट लाइव भारत। ਹਾਲੇ ਬਾਈ ਦੇ ਕੀ ਨਾਮ ਤੁਹਾਡਾ? ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਕਿਹੜਾ ਪਿੰਡ? ਬੱਸੂਵਾਲ ਜੀ। ਇੱਥੇ ਕੀ ਮਾਮਲਾ ਸੀ ਡੀਐਸਪੀ ਦਫ਼ਤਰ ਕੈਂਪ 'ਚ ਲੈ ਕੇ ਆਏ? ਇੱਥੇ ਸਾਡੇ ਪਿੰਡ ਦੇ ਦੋ ਭਰਾ ਜਗਰਾਜ ਸਿੰਘ ਅਤੇ ਵਜ਼ੀਰ ਸਿੰਘ, ਇੱਕ ਸਾਲ ਤੋਂ ਇਹਨਾਂ ਦਾ ਇੱਕ ਕਿੱਲੇ ਡੇਢ ਕਿੱਲੇ ਦਾ ਰੌਲਾ ਚੱਲ ਰਿਹਾ ਸੀ ਆਪਸ ਵਿੱਚ ਹੀ। ਅਤੇ ਚਲੋ ਇਹਨਾਂ ਦਾ ਪਹਿਲਾਂ ਪੰਚਾਇਤੀ ਉੱਥੇ ਪਿੰਡ ਨਹੀਂ ਕੋਈ ਹੱਲ ਹੋਇਆ ਤਾਂ ਇਹਨਾਂ ਨੇ ਦਰਖਾਸਤ ਦਿੱਤੀ ਥਾਣੇ ਅਠੂਰ, ਉੱਥੋਂ ਅੱਜ ਰਾਏਕੋਟ ਡੀਐਸਪੀ ਸਾਹਿਬ ਦੇ ਇੱਥੇ ਕੈਂਪ ਲੱਗਿਆ ਸੀਗਾ। ਅਤੇ ਉਹਦੇ ਵਿੱਚ ਅਸੀਂ ਇੱਥੇ ਆਏ ਅਤੇ ਪੰਚਾਇਤ ਨੇ ਸਾਰੀ ਨੇ ਅਤੇ ਨਾਲ ਪੁਲਿਸ ਪ੍ਰਸ਼ਾਸਨ ਨੇ ਦੋਨਾਂ ਧਿਰਾਂ ਨੂੰ ਸਹਿਮਤ ਦੇ ਹੋ ਕੇ ਇਹਨਾਂ ਨੇ ਗੁਰੂ ਘਰ ਨੂੰ ਡੇਢ ਕਿੱਲਾ ਜਾਣੀ ਕਿ ਦੇਤਾ ਦੋਨਾਂ ਜਾਣਿਆਂ ਨੇ, ਜਿਹੜੇ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ, ਹਾਂਜੀ ਜਿਨ੍ਹਾਂ ਨਾਲ ਇਹਨਾਂ ਦਾ ਆਪਸ ਵਿੱਚ ਹੀ ਰੌਲਾ ਸੀਗਾ। ਇਸ ਜੋ ਇਹਨਾਂ ਨੇ ਇੱਕ ਫੈਸਲਾ ਲਿਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਪਿੰਡ ਦੇ ਮੋਹਤਵਾਰ ਦੇ ਤੌਰ 'ਤੇ? ਇਹ ਜੀ ਬਹੁਤ ਹੀ ਵਧੀਆ ਇਹਨਾਂ ਦਾ ਫੈਸਲਾ ਗਾ, ਆਪਸ ਵਿੱਚ ਹੀ ਇਹਨਾਂ ਦਾ ਪਿਆਰ ਵਧੂਗਾ ਘੱਟਦਾ ਨਹੀਂ ਗਾ, ਅਤੇ ਪਰਮਾਤਮਾ ਵੀ ਇਹਨਾਂ ਦੇ ਦੋਨਾਂ ਪਰਿਵਾਰਾਂ 'ਤੇ ਮਿਹਰ ਭਰਿਆ ਹੱਥ ਰੱਖੂਗਾ। ਕਦੇ ਵਾਸਤੇ ਵੀ ਆਪਦੇ ਇਹਨਾਂ ਦੇ ਗਾਹਾਂ ਬੱਚਿਆਂ ਦਾ ਵੀ ਨਾਂ ਰੋਸ਼ਨ ਰਹੂਗਾ, ਇਹਨਾਂ ਦਾ ਵੀ ਰਹੂਗਾ, ਹਰੇਕ ਬੰਦਾ ਜਾਣੀ ਕਿ ਸੋਚੂਗਾ ਵੀ ਬਹੁਤ ਹੀ ਵਧੀਆ ਫੈਸਲਾ ਹੋਇਆ ਹੈ। ਇਹਨਾਂ ਨੂੰ ਹੋਰ ਇਸ ਫੈਸਲੇ ਨਾਲ ਬੈਨੀਫਿਟ ਹੁੰਦੇ ਨਜ਼ਰ ਆਉਂਦੇ ਆ? ਬੈਨੀਫਿਟ ਤਾਂ ਜੀ ਜਦੋਂ ਪਰਮਾਤਮਾ ਦੇ ਘਰ ਹੀ ਆਪਾਂ ਸਾਰਾ ਕੁਛ ਦੇਤਾ ਤਾਂ ਇਦੂ ਬੈਨੀਫਿਟ ਕੀ ਹੋਊਗਾ ਆਪਾਂ ਨੂੰ? ਸਾਰਾ ਕੁਛ ਹੀ ਉਹਨਾਂ ਨੇ ਉਹਦੇ ਖਾਸ ਰਜ਼ਾ 'ਚ ਹੀ ਆਪਾਂ ਰਾਜ਼ੀ ਹਾਂ। ਅਸੀਂ ਵੀ ਬਹੁਤ ਹੀ ਖੁਸ਼ ਹਾਂ ਜੀ ਇਹਨਾਂ ਦੇ ਦੋਨਾਂ ਭਰਾਵਾਂ ਤੋਂ ਵੀ ਇਹਨਾਂ ਨੇ ਬਹੁਤ ਵਧੀਆ ਆਪ ਹੀ ਇਹਨਾਂ ਨੇ ਫੈਸਲਾ ਜਾਣੀ ਕਿ ਚਲੋ ਇੱਕ ਜਿਹੜੇ ਮੋਢੀ ਹੁੰਦੇ ਆ ਉਹਨਾਂ ਦਾ ਤਾਂ ਇੱਕ ਫਰਜ਼ ਬਣਦਾ, ਇਹਨਾਂ ਨੇ ਆਪ ਹੀ ਬਹੁਤ ਵਧੀਆ ਫੈਸਲਾ ਲਿਆ ਜੀ ਦੋਨੇ ਭਰਾਵਾਂ ਨੇ। ਜਗਰਾਜ ਸਿੰਘ। ਕਿਹੜਾ ਪਿੰਡ? ਬੱਸੂਵਾਲ। ਕੀ ਮਾਮਲਾ ਸੀ ਅੱਜ ਇੱਥੇ ਜੀ? ਸਾਡਾ ਸੀਗਾ ਪੈੜੀ ਦਾ ਝਗੜਾ ਸੀ ਡੇਢ ਕਿੱਲੇ ਦਾ, ਸਾਲ ਤੋਂ ਚੱਲਦਾ ਰਿਹਾ ਬੰਜਰ ਪਿਆ। ਚਲੋ ਮੋਹਤਵਾਰ ਪਿੰਡ ਦੇ ਬੰਦੇ ਪੁਲਿਸ ਪ੍ਰਸ਼ਾਸਨ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਉਹ ਡੇਢ ਕਿੱਲਾ ਦਾਨ ਕਰਤਾ ਦੋਨਾਂ ਭਰਾਵਾਂ ਨੇ, ਵਜ਼ੀਰ ਸਿੰਘ ਜਗਰਾਜ ਸਿੰਘ ਨੇ। ਅੱਛਾ, ਹੁਣ ਤੁਸੀਂ ਇਸ ਫੈਸਲੇ ਦੇ ਦੋਨੇ ਖੁਸ਼ ਹੋ, ਸਹਿਮਤ? ਹਾਂਜੀ, ਅਸੀਂ ਦੋਨੇ ਇਸ ਫੈਸਲੇ ਦੇ ਖੁਸ਼। ਠੀਕ ਹੈ, ਇਹਨਾਂ ਨੂੰ ਪੁੱਛ ਲੈਂਦੇ ਇਹਨਾਂ ਦਾ ਕੀ ਕਹਿਣਾ। ਹਾਂਜੀ ਹਾਂਜੀ, ਪੂਰਾ ਖੁਸ਼ ਹਾਂ ਜੀ ਮੈਂ ਤਾਂ। ਕੀ ਨਾਂ ਤੁਹਾਡਾ? ਵਜ਼ੀਰ ਸਿੰਘ। ਸਾਨੂੰ ਖੇਤਾ ਸਿੰਘ। ਵਜ਼ੀਰ ਸਿੰਘ ਜੀ, ਜਿਹੜਾ ਅੱਜ ਇੱਕ ਰਾਏਕੋਟ ਡੀਐਸਪੀ ਦਫ਼ਤਰ ਕੈਂਪ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਤੁਸੀਂ ਦੋਵੇਂ ਭਰਾਵਾਂ ਨੇ ਮੋਹਤਵਾਰਾਂ ਦੀ ਸਹਿਮਤੀ ਨਾਲ, ਹਾਂਜੀ, ਤੁਸੀਂ ਇਹ 'ਤੇ ਪੂਰੀ ਤਰ੍ਹਾਂ ਖੁਸ਼ ਹੋ? ਖੁਸ਼ ਹਾਂ ਜੀ ਪੂਰੇ। ਕੀ ਮਤਲਬ ਕਿੰਨਾ ਕੁ ਜਿਵੇਂ ਕੋਰਟ ਕਚਹਿਰੀ 'ਚ ਸਾਲ ਤੋਂ ਤੁਸੀਂ ਗੇੜੇ ਕੱਢ ਰਹੇ ਸੀਗੇ? ਨਹੀਂ, ਕੋਰਟ ਕਚਹਿਰੀ ਤਾਂ ਗਏ ਨਹੀਂ ਹਲੇ। ਅੱਛਾ, ਹਲੇ ਤਾਂ ਸ਼ੁਰੂਆਤੀ ਹੋਈ ਸੀ। ਠੀਕ ਹੈ, ਹਾਂਜੀ, ਮਤਲਬ ਸਾਲ ਤੋਂ ਥੋੜ੍ਹਾ ਝਗੜਾ ਚੱਲ ਰਿਹਾ। ਅੱਜ ਜੋ ਇਹ ਫੈਸਲਾ ਹੋਇਆ ਤੁਸੀਂ ਆਪਣੇ ਮਨ ਨਾਲ ਕੀਤਾ, ਕੋਈ ਦਬਾਅ ਨਾਲ ਤਾਂ ਨਹੀਂ? ਨਾ ਜੀ, ਕਿਸੇ ਦਬਾਅ ਨਾਲ ਨਹੀਂ। ਹਾਂਜੀ ਸਰ, ਕੀ ਨਾਮ ਤੁਹਾਡਾ? ਹਰਦੀਪ ਸਿੰਘ ਜੀ, ਐਸਓ ਥਾਣਾ ਅਠੂਰ ਜੀ। ਸਾਡੇ ਕੀ ਮਾਮਲਾ ਹੈ ਕੈਂਪ ਦੇ ਵਿੱਚ? ਇਹ ਸਾਡੇ ਪਿੰਡ ਦੇ ਨਾ ਇੱਕ ਪਿੰਡ ਪੈਂਦਾ ਬੱਸੂਵਾਲ, ਬੱਸੂਵਾਲ ਦੇ ਫਕੀਰ ਸਿੰਘ ਅਤੇ ਜਗਰਾਜ ਸਿੰਘ ਦੋ ਭਰਾ ਸੀ। ਇਹਨਾਂ ਦਾ ਆਪਸ ਵਿੱਚ ਜ਼ਮੀਨ ਦਾ ਝਗੜਾ ਕੋਈ ਕਰੀਬ ਡੇਢ ਸਾਲ ਤੋਂ ਚੱਲ ਰਿਹਾ ਸੀ ਅਤੇ ਕਾਫੀ ਵਧੀਆ ਲੋਕ ਇਕੱਠ ਨੇ, ਪਬਲਿਕ ਨੇ, ਪਿੰਡ ਨੇ ਇਕੱਠ ਕਰਕੇ ਕੀਤਾ ਸੀ ਵੀ ਫੈਲਾ ਨਿਬੜ ਜੇ। ਅੱਜ ਰਹਿਤ ਕੈਂਪ ਵਿੱਚ ਇਹਨਾਂ ਨੇ ਆਪਣੀ ਸਹਿਮਤੀ ਨਾਲ ਫੈਸਲਾ ਦੋਵਾਂ ਦਾ ਹੋ ਗਿਆ, ਦੋਵਾਂ ਨੇ ਆਪਣੀ ਸਹਿਮਤੀ ਨਾਲ ਜਿਹੜੀ ਜ਼ਮੀਨ ਵਿੱਚ ਝਗੜਾ ਸੀ ਡੇਢ ਪੌਣਾ ਕਿੱਲਾ, ਪੌਣਾ ਕਿੱਲਾ ਡੇਢ ਕਿੱਲਾ ਗੁਰਦੁਆਰਾ ਸਾਹਿਬ ਦਾਨ ਕਰਤੀ ਆ ਅਤੇ ਗੁਰਦੁਆਰਾ ਦੇ ਇਹਨਾਂ ਦੋਵਾਂ ਨੂੰ ਕਹਿਤਾ ਵੀ ਅਸੀਂ ਰਜਿਸਟਰੀ ਕਰਾਉਣ ਦੇ ਪਾਬੰਦ ਹਾਂ। ਹਾਂਜੀ, ਦੋ ਭਰਾਵਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ। ਕਿਵੇਂ ਮਹਿਸੂਸ ਤੁਸੀਂ, ਕੀ ਸੋਚ ਲਓ ਜੋ ਇਹ ਫੈਸਲਾ ਕੀਤਾ? ਦੋ ਇੱਕ ਵੱਡਾ ਮਾਮਲਾ ਸੀਗਾ ਨਿਬੜਿਆ ਗਾ ਔਰ ਇੱਕ ਚੰਗਾ ਕੰਮ ਹੋਇਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੈਂਪ ਦੇ ਵਿੱਚ? ਬਹੁਤ ਵਧੀਆ ਫੈਸਲਾ ਹੋਇਆ ਜੀ। ਇਹਨਾਂ ਦਾ ਡੇਢ ਸਾਲ ਤੋਂ ਆਪਣੇ ਘਰ ਵਾਲੇ ਟੈਨਸ਼ਨ ਚੱਲਦੀ ਸੀ, ਇਹਦੇ ਨਾਲ ਨਿਪਟ ਕਰ ਗਏ, ਆਪਣੇ ਆਪਣੇ ਜਿਹੜੇ ਆ ਸੁਖਨਿਆਂ ਵਸਣਗੇ, ਕੰਮ ਕਰਨਗੇ ਆਪਣਾ ਆਪਣਾ। ਜਿਵੇਂ ਅੱਜ ਇਹ ਕੈਂਪ ਔਰਗਨਾਈਜ਼ ਕੀਤੇ ਗਏ ਨੇ, ਸ਼ਿਕਾਇਤ ਨਿਵਾਰਨ ਕੈਂਪ ਜੋ ਡੈਪਟੀ ਸਕੱਤਰ ਵਿਖੇ ਲਗਾਇਆ ਗਿਆ, ਇਹਨੂੰ ਕਿਵੇਂ ਦੇਖਦੇ ਹੋ? ਇਹੋ ਜਿਹੇ ਕੈਂਪ ਦੁਬਾਰਾ ਲੱਗਣੀ ਚਾਹੀਦੀ ਸੀ, ਜਿਹੜੇ ਲੋਕਾਂ ਦੀਆਂ ਮੌਕੇ 'ਤੇ ਦੁੱਖ ਤਕਲੀਫਾਂ ਸੁਣੀਆਂ ਜਾਣ, ਜਿਹੜੇ ਮੋਹਤ ਬੰਦੇ ਵਿੱਚ ਪੈ ਕੇ ਜਿਹੜੇ ਫੈਸਲੇ ਕਰਾਏ ਜਾਣ,